ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਇਸ ਟਾਈਮ ਨਾਲ ਕਰਤਾਰਪੁਰ ਖੜ੍ਹਾ ਹਾਂ, ਜਿੱਥੋਂ ਅਸੀਂ ਆਪਣੀ ਆਪਾਂ ਜੀਪ ਬਣਵਾਉਂਦੇ ਹੁੰਦੇ ਸੀ ਨਾ ਅੰਕਲ ਕੋਲੋਂ। ਇੱਕ ਵਾਰੀ ਤੁਹਾਨੂੰ ਲੋਕੇਸ਼ਨ ਦਿਖਾ ਦਿੰਦਾ, ਤੁਹਾਨੂੰ ਆਪੇ ਪਤਾ ਲੱਗ ਜਾਣਾ ਆ। ਆਹ ਕਰਤਾਰਪੁਰ ਅੰਮ੍ਰਿਤਸਰ ਰੋਡ ਆ, ਆਹ ਦੁਕਾਨਾਂ ਆ, ਆਪਣੀ ਗੱਡੀ ਖੜ੍ਹੀ ਆ। ਅੰਕਲ ਨਾਲ ਮੇਰਾ ਬਹੁਤ ਜ਼ਿਆਦਾ ਪ੍ਰੇਮ ਸੀਗਾ, ਮੈਂ ਫੋਨ ਕਰਨਾ ਵੀ ਅੰਕਲ ਜੀਪ ਦਾ ਆਹ ਪੈਣ ਵਾਲਾ ਆ, ਅਤੇ ਅੰਕਲ ਨੇ ਕਹਿਣਾ ਆ ਜਾ ਕੋਈ ਨਹੀਂ। 2013-14-15 ਦਾ ਮੈਂ ਇੱਥੇ ਆਉਂਦਾ ਆ ਇਹਨਾਂ ਕੋਲ। ਪਹਿਲਾਂ ਇਹਨਾਂ ਦੀ ਵਰਕਸ਼ਾਪ ਜਿਹੜੀ ਸੀ ਨਾ ਇਹ ਗੈਰੇਜ, ਇਹ ਜਲੰਧਰ ਹੁੰਦਾ ਸੀਗਾ। ਮਤਲਬ ਬਹੁਤ ਜ਼ਿਆਦਾ ਪੁਰਾਣੇ ਜੀਪਾਂ ਰਿਪੇਅਰ ਕਰਦੇ ਆ। ਜਦੋਂ ਗੱਡੀਆਂ ਨਹੀਂ ਸੀ ਨਾ ਹੁੰਦੀਆਂ, ਉਦੋਂ ਪਹਿਲਾਂ ਜੀਪਾਂ ਹੀ ਹੁੰਦੀਆਂ ਸੀ ਸਾਰਿਆਂ ਕੋਲ, ਉਦੋਂ ਦੀਆਂ ਇਹ ਜੀਪਾਂ ਤਿਆਰ ਕਰਦੇ ਸੀਗੇ। ਅੰਕਲ ਦੀ ਪਿਛਲੇ ਹਫ਼ਤੇ ਨਾ ਡੈਥ ਹੋ ਗਈ ਸੀਗੀ, ਠੀਕ ਨਹੀਂ ਸੀਗੇ। ਮੈਂ ਵੀ ਇੱਥੇ ਹੈ ਨਹੀਂ ਸੀ, ਨਹੀਂ ਤਾਂ ਮੈਂ ਸਸਕਾਰ 'ਤੇ ਭੋਗ 'ਤੇ ਜਾਣਾ ਸੀਗਾ, ਮੈਂ ਹੈ ਨਹੀਂ ਸੀਗਾ। ਮੈਨੂੰ ਫੋਨ ਆਇਆ ਇਹਨਾਂ ਦਾ ਵੀ ਦੀਦੀ ਤਾਂ ਗੱਲਬਾਤ ਹੋ ਗਈ ਆ, ਮੈਂ ਉਦੋਂ ਪੰਜਾਬ 'ਚ ਹੀ ਹੈ ਨਹੀਂ ਸੀਗਾ। ਫਿਰ ਅੱਜ ਆਇਆ, ਪਰ ਅੱਜ ਸ਼ਟਰ ਹੀ ਬੰਦ ਸੀਗੇ। ਮੁੰਡਾ ਜਿਹੜਾ ਇੱਥੇ ਆਪਣੇ ਨਾਲ ਓਵਰ ਰੋਡਿੰਗ ਕਰਨ ਵੀ ਗਿਆ ਸੀਗਾ, ਪਤਾ ਨਹੀਂ ਉਹਨੇ ਵੀ ਨਹੀਂ ਖੋਲ੍ਹਿਆ। ਮੈਂ ਫੋਨ ਕੀਤਾ ਸੀ, ਉਹਨੇ ਚੱਕਿਆ ਨਹੀਂ, ਅਤੇ ਉੱਦਾਂ ਆਪਾਂ ਉਹਦੇ ਕੋਲ 10 ਮਿੰਟ ਬਹਿ ਕੇ ਜਾਣਾ ਸੀਗਾ। ਇੰਨਾ ਕੁ ਮੈਂ ਟੋਇਟਾ 2 ਸੀ ਜੀਪ ਲਈ ਸੀਗੀ, ਉਹ ਸਾਰੀ ਦੁਬਾਰਾ ਫਿਰ ਮੈਂ ਮੋਗੇ ਉਹ ਰੈਡੀ ਕਰਾਈ ਸੀ, ਜਿਹੜੀ ਬਰਾਊਨ ਜਿਹਾ ਕਲਰ ਦੀ ਸੀਗੀ, ਉਹ ਇਹਨਾਂ ਕੋਲੋਂ ਸੀਗਾ, ਮੈਂ ਲੈ ਗਿਆ। ਉਹ ਬਿਲਕੁਲ ਮਤਲਬ ਇੰਜਣ ਇਹਨਾਂ ਨੇ ਆਪ ਕੀਤਾ ਸੀਗਾ। ਜੀਪਾਂ 'ਤੇ ਆਪਾਂ ਕਿੰਗ ਕਹਿ ਸਕਦੇ ਹਾਂ, ਮਤਲਬ ਇੰਨਾ ਕੁ ਜ਼ਿਆਦਾ ਤਜਰਬਾ ਸੀ ਨਾ ਜਦੋਂ ਮੈਂ ਜੀਪ ਇੱਥੇ ਲੈ ਗਿਆ ਉਹਨਾਂ ਦਾ ਹੀ। ਉਹ ਇੰਜਣ ਦੀ ਆਵਾਜ਼ ਸੁਣ ਕੇ ਹੀ ਦੱਸ ਦਿੰਦੇ ਸੀਗੇ ਵੀ ਤੇਰੀ ਜੀਪ ਨੂੰ ਆਹ ਪ੍ਰੋਬਲਮ ਹੋਈ ਆ, ਮਤਲਬ ਦੇਖ ਕੇ ਦੱਸ ਦਿੰਦੇ ਸੀਗੇ। ਹੁਣ ਜਿੱਦਣ ਭਾਊ ਮਿਲਿਆ ਜਿਹੜਾ ਇੱਥੇ ਆਪਣੇ ਹੁੰਦਾ ਸੀਗਾ, ਉਹ ਕੋ ਬੈਠਾਂਗੇ 10 ਮਿੰਟ। ਬਾਹਰ ਹਾਈਵੇ ਆ, ਗੱਡੀਆਂ ਦੀ ਆਵਾਜ਼ ਬਹੁਤ ਆਉਂਦੀ ਆ, ਤਾਂ ਫਿਰ ਮੈਂ ਹਾਰ ਕੇ ਗੱਡੀ ਦੇ ਪਿੱਛੇ ਬੈਠਾ ਸੀਗਾ, ਉੱਥੇ ਵੀ ਆਵਾਜ਼ ਆਈ ਜਾਂਦੀ ਸੀ। ਹੁਣ ਲਾਸਟ ਜਦੋਂ ਆਪਾਂ ਇੱਥੋਂ ਜੀਪ ਸਹੀ ਕਰਾਈ ਸੀਗੀ, ਉਦੋਂ ਹੀ ਮੈਂ ਮਿਲਿਆ ਸੀਗਾ। ਉਦੋਂ ਅੰਕਲ ਨੇ ਮੈਨੂੰ ਕਿਹਾ ਸੀਗਾ ਆਪਾਂ ਫੋਟੋਆਂ ਖਿੱਚਣੀਆਂ ਆ, ਉਦੋਂ ਆਪਣੀ ਜੀਪ ਨੂੰ ਉਹ ਦੂਜਾ ਰੰਗ ਸੀਗਾ ਹਰਾ ਅਤੇ ਬਲੈਕ, ਉਦੋਂ ਹੀ ਇੱਥੇ ਖੜ੍ਹੇ ਹੋ ਕੇ ਫੋਟੋਆਂ ਖਿੱਚੀਆਂ ਸੀਗੀਆਂ। ਉਹ ਜਿਹੜੇ ਪਾਲਿਆ ਜਾਂ ਜਿਹੜੀ ਮੈਂ ਇਹਨਾਂ ਕੋਲ ਜੀਪ ਲੈ ਗਿਆ ਸੀ, ਜੇ ਮੈਨੂੰ ਉਹਦੀ ਫੋਟੋ ਲੱਭ ਗਈ ਮੈਂ ਉਹ ਵੀ ਉੱਪਰ ਲਾ ਦੂੰਗਾ। ਉਹਨਾਂ ਕਰਕੇ ਮੈਂ ਇੱਥੇ ਆਉਂਦਾ ਹੁੰਦਾ ਸੀਗਾ। ਉਹਨਾਂ ਨੂੰ ਵੀ ਗੱਡੀਆਂ ਦਾ ਬਹੁਤ ਸ਼ੌਂਕ ਸੀ, ਮੇਰੇ ਨਾਲ ਪੁਰਾਣੀਆਂ ਗੱਲਾਂ ਕਰਦੇ ਰਹਿੰਦੇ ਹੁੰਦੇ ਸੀਗੇ। ਮੈਂ ਰਿਕਾਰਡਿੰਗ ਬਹੁਤ ਘੱਟ ਕਰਦਾ ਹੁੰਦਾ ਸੀਗਾ ਪੁਰਾਣੀਆਂ, ਮੈਂ ਵੀ ਇੱਥੇ ਬਹਿ ਕੇ ਬਹਿ ਜਾਣਾ ਜਦੋਂ ਜੀਪ ਸਹੀ ਕਰਾਉਣੀ, ਪੁਰਾਣੀਆਂ ਗੱਲਾਂ ਕਰਨੀਆਂ ਅਸੀਂ ਦਿੱਲੀਓਂ ਇੰਜਣ ਲਿਆਉਂਦੇ ਹੁੰਦੇ ਸੀਗੇ। ਮਤਲਬ ਵਧੀਆ ਸੀਗੇ ਬੰਦੇ, ਬਹੁਤ ਵਧੀਆ ਸੀਗੇ। ਬਾਕੀ ਜਿਹੜੀਆਂ ਮੈਂ ਕਈ ਵਾਰੀ ਅੰਦਰ ਗੈਰੇਜ ਦੇ ਪਿੱਛੇ ਸਮਾਨ ਨਹੀਂ ਸੀ ਦਿਖਾਉਂਦਾ ਹੁੰਦਾ, ਬੜਾ ਕਿੰਨਾ ਪਿਆ ਹੁੰਦਾ ਸੀਗਾ। ਪੁਰਾਣੀਆਂ ਪੁਰਾਣੀਆਂ ਗੱਡੀਆਂ, ਕਬਾੜ ਇੰਨਾ ਕੁ ਜ਼ਿਆਦਾ ਹੁੰਦਾ, ਮੈਂ ਅੰਕਲ ਨੂੰ ਕਹਿੰਦਾ ਹੁੰਦਾ, ਮੈਂ ਕਹਿੰਦਾ ਅੰਕਲ ਵੇਚ ਦੇ ਕਰ ਤਾਂ ਨਹੀਂ, ਤੁਹਾਡਾ 8-10 ਲੱਖ ਤਾਂ ਇੱਦਾਂ ਹੀ ਵੱਟ ਹੋ ਜਾਣਾ ਉਹਨਾਂ ਨੂੰ। ਹਰ ਵਾਰੀ ਮੈਂ ਕਈ ਵਾਰੀ ਕਹਿਣਾ ਉਹਨਾਂ ਨੂੰ, ਹਰ ਵਾਰੀ ਹੱਸ ਪੈਣਾ ਉਹਨਾਂ ਨੇ, ਕੋਈ ਨਹੀਂ ਦੇਖ ਲਵਾਂਗੇ। ਹੁਣ ਉਹਨਾਂ ਦਾ ਸਰੀਰ ਬਜ਼ੁਰਗ ਸੀਗਾ, ਨਹੀਂ ਕੰਮ ਕਰ ਹੁੰਦਾ ਸੀਗਾ, ਪਰ ਫਿਰ ਵੀ ਜਿਹੜਾ ਬੰਦਾ ਸਾਰੀ ਉਮਰ ਇਹਨੇ ਇਹ ਚੀਜ਼ਾਂ ਕੰਮ ਕੀਤਾ ਹੋਵੇ, ਉਹਨੂੰ ਜਿਹੜਾ ਹੁੰਦਾ ਨਾ ਪੁਰਾਣਾ ਕਬਾੜ, ਉਹ ਵੀ ਵਧੀਆ ਲੱਗਦਾ ਹੁੰਦਾ ਆ। ਤਾਂ ਨਹੀਂ ਸੀ ਉਹ, ਮੈਂ ਉਹਨਾਂ ਨੂੰ ਕਹਿਣਾ ਛੇੜਦਾ ਕਹਿਣਾ ਅੰਕਲ ਵੇਚਦੇ, ਪਰ ਨਹੀਂ ਉਹਨਾਂ ਨੇ ਕਹਿਣਾ ਕੋਈ ਨਹੀਂ। ਚਲੋ ਬਾਕੀ ਚੱਲਦੇ ਹਾਂ। ਮੈਂ ਇਹਦਾ ਗੱਡੀ ਆਪਣੀ ਦਾ ਇਹਦੇ ਸਪੀਕਰ ਨਹੀਂ ਨਾ ਚੱਲਦੇ ਸੀਗੇ, ਇਹਦੇ ਪਿੱਛੇ ਐਂਪ ਖੋਲਿਆ ਸੀਗਾ, ਮੈਂ ਦਿਖਾਉਂਦਾ ਤੁਹਾਨੂੰ। ਇਹਦੇ ਸੀਟ ਥੱਲੇ ਨਹੀਂ ਸੀਗਾ ਐਂਪ, ਇਹਦੇ ਬੈਕ ਸਾਈਡ 'ਤੇ ਸੀਗਾ ਐਂਪ, ਇਹਦੇ ਵਿੱਚ ਸੀਗਾ ਐਂਪ। ਖੋਲ੍ਹ ਕੇ ਮੈਂ ਕੱਢਿਆ, ਆਇਆ ਐਂਪ ਇਹਦਾ ਰੇਂਜ ਰੋਵਰ ਦਾ। ਇਹਨੂੰ ਹੁਣ ਮੈਂ ਸ਼ਹਿਰ ਲੈ ਕੇ ਜਾਣਾ ਆ, ਬਣਵਾਉਣਾ ਆ। 3-4 ਦਿਨ ਹੋ ਗਏ ਖੋਲ੍ਹ ਕੇ ਰੱਖੇ ਨੂੰ, ਵਿੱਚ ਹੀ ਇੱਦਾਂ ਹੀ ਮੈਂ ਲਈ ਫਿਰਦਾ।
ਕੈਂਪ ਆਪਣੀ ਗੱਲ ਨਹੀਂ ਬਣੀ, ਮੈਂ ਉਹਨਾਂ ਨੂੰ ਦਿਖਾਇਆ, ਉਹ ਕਹਿੰਦੇ ਵੀ ਇਹਦਾ ਵੈਸੇ ਕਹਿੰਦੇ ਫਾਲਟ ਹੋ ਨਹੀਂ ਸਕਦਾ ਇਹਨੂੰ ਲਾ ਕੇ ਨਾ, ਸਪੀਕਰ ਸਾਰੇ ਚੈੱਕ ਕਰੋ ਸਪੀਕਰ ਸ਼ੋਰਟ ਨਾ ਹੋਵੇ। ਹੁਣ ਮੈਂ ਇੱਥੇ ਆਪ ਹੀ ਕਸ ਲੈਣ ਲੱਗਾ ਹਾਂ, ਸ਼ਹਿਰ ਖੜ੍ਹਾ ਮੈਂ ਟਾਈਮ, ਅਤੇ ਮੈਂ ਹੁਣ BMC ਕਿਉਂ ਖੜ੍ਹਾ ਹਾਂ, ਆਪੇ ਹੁਣ ਮੈਂ ਇੱਥੋਂ ਕਸ ਕੁਸ ਕੇ ਸਿਸਟਮ ਇਹਦਾ ਦੇਖਦਾ ਕੀ ਬਣਦਾ। ਕਸ ਤਾਂ ਲਿਆ ਮੈਂ, ਹੁਣ ਦੇਖਦੇ ਚੱਲਦਾ ਕਿ ਨਹੀਂ। ਕਨੈਕਟ ਵੀ ਨਹੀਂ ਸੀ ਹੁੰਦਾ ਸਾਰਾ ਕੁਛ, ਕਿਉਂਕਿ ਉਹਦਾ ਸਾਰਾ ਕੁਛ ਤਾਂ ਲੱਥ ਗਿਆ ਸੀਗਾ, ਕਨੈਕਟ ਹੋ ਗਿਆ। ਕੀ ਪਤਾ ਸਹੀ ਨਾ ਹੋ ਗਿਆ ਹੋਵੇ। ਨਹੀਂ ਇਕੱਲੇ ਟਵਿੱਟਰ ਚੱਲਦੇ ਆ ਇਹਦੇ ਸਪੀਕਰ, ਜਦੋਂ ਜਿੱਦਣ ਚੱਲੇ ਨਾ ਨਜ਼ਾਰਾ ਆ ਜਾਂਦਾ ਗਾਣੇ ਸੁਣਨ ਦਾ। ਉਹਦਾ ਲੱਡੂਆਂ ਦਾ ਡੱਬਾ ਲਿਆਉਣਾ ਚਾਹੀਦਾ ਸੀ ਆਪਾਂ ਨੂੰ, ਆਪਾਂ ਜਿਮ ਚੱਲੇ ਕਿੰਨੇ ਮਹੀਨਿਆਂ ਬਾਅਦ, ਕਿਉਂ ਪੰਜਾਂ ਮਹੀਨਿਆਂ ਦਾ ਲੱਗਦਾ। ਨਹੀਂ ਤੁਸੀਂ ਤੇ ਜਾਂਦੇ ਹੀ, ਮੈਂ ਹੀ ਨਹੀਂ ਜਾਂਦੀ। ਮੈਂ ਵੀ ਕਿਤੇ ਹਫ਼ਤੇ ਬਾਅਦ ਚੱਲ ਜਾਂਦਾ ਸੀਗਾ। ਹੁਣ ਮੈਨੂੰ ਨਾ ਟਰੈਕ ਕਰਕੇ ਮੋਟੀਵੇਸ਼ਨ ਮਿਲ ਗਈ ਅਗਲੇ ਟਰੈਕ ਕਰਨਾ ਵਾ, ਤੇ ਉਸ ਤੋਂ ਪਹਿਲਾਂ ਜਿਮ ਜ਼ਰੂਰੀ ਆ। ਉੱਥੇ ਪਤਾ ਲੱਗਾ ਨਾ ਲੱਤਾਂ ਦੇ ਪਟਾਕੇ ਵੱਜ ਜਾਂਦੇ। ਚਲੋ ਫੇ, ਕਿੰਨੇ ਵਜੇ ਆ? 8:30। ਕਿੱਥੇ ਉਦੋਂ ਆਪਾਂ 5 ਵਜੇ ਜਾਂਦੇ ਹਾਂ। 5:30 ਵਜੇ 6 ਵਜੇ ਕੋਈ ਨਹੀਂ, ਪਹਿਲੇ ਦਿਨ ਲੇਟ ਸਹੀ, ਬਾਕੀ ਦਿਨ ਜਲਦੀ। ਪਹਿਲੇ ਦਿਨ ਲੇਟ ਸਹੀ, ਚੱਲ ਕੋਈ ਨਹੀਂ ਆ ਜਾਵਾਂਗੇ। ਜਿਮ ਦਾ ਆਪਣਾ ਅੱਜ ਜਾ ਕੇ ਪੁੱਛਣਾ ਆ, 1 ਸਾਲ ਪੂਰਾ ਹੋਣ ਵਾਲਾ ਆ ਅੱਜ ਮੇਰੇ ਖਿਆਲ ਐਸੇ। ਅਗਲੇ ਮਹੀਨੇ ਆਪਾਂ ਲੱਗੇ ਸੀ ਨਾ, ਅਗਸਤ ਚ ਸਤੰਬਰ ਚ ਲੱਗੇ, ਅਗਸਤ ਸਤੰਬਰ ਚ। ਚੱਲ ਅੱਜ ਉੱਥੇ ਪੁੱਛਦੇ ਹਾਂ ਰਿਸੈਪਸ਼ਨ ਤੇ। ਸਾਲ ਚ ਆਈ ਕਿੰਨੀ ਵਾਰ? ਮੇਰੇ ਖਿਆਲ ਨਾਲ ਤੂੰ ਮਹੀਨਾ ਹੀ ਆਈ ਹੋਣੀ ਆ ਨਾ ਬਸ, ਫਿਰ ਮੈਂ ਆਇਆ ਹੋਣਾ 2-3 ਮਹੀਨੇ ਬਸ। ਐਡੀ ਦੂਰ ਕਿੱਥੇ? ਨਹੀਂ ਮਹੀਨਾ ਨਹੀਂ, ਸਤੰਬਰ ਅਕਤੂਬਰ ਨਵੰਬਰ 3 ਮਹੀਨੇ ਇਕੱਠੇ ਲਾਏ ਸੀਗੇ। ਇੰਨਾ ਚਿਰ ਨਹੀਂ ਰੱਖਣਾ ਚਾਹੀਦਾ, ਘੱਟੋ ਘੱਟ 6 ਮਹੀਨੇ ਨਾ, 3 ਮਹੀਨੇ। 3 ਮਹੀਨਿਆਂ 'ਚ ਜੇ ਸਿਮ ਸਹੀ ਆ, ਜਿਮ ਸਹੀ ਆ, ਠੀਕ ਆ, ਨਹੀਂ ਤਾਂ ਚੇਂਜ ਕਰ ਦਿਓ। ਆਪਾਂ ਇਕੱਠਾ ਹੀ ਚੱਕ ਕੇ ਸਾਲ ਦਾ ਲੈ ਲਿਆ, ਇਸ ਚੱਕਰ 'ਚ ਲੈ ਲਿਆ ਸੀਗਾ ਵੀ ਉੱਦਾਂ ਨਹੀਂ ਹੁੰਦਾ, ਚੱਲ ਪੈਸੇ ਦਿੱਤੇ ਹੋ ਕੇ ਆ ਜਾਵਾਂਗੇ, ਉਹ ਸਗੋਂ ਹੀ ਨਹੀਂ ਆਏ। ਫਿਰ ਆਪਣਾ ਇੱਦਾਂ ਹੀ ਘਰ 'ਚ ਕਿੰਨੀਆਂ ਉਦੋਂ ਪ੍ਰੋਬਲਮਾਂ ਜੀਆਂ। ਉਹ ਵੀ ਹੈ, ਥੋੜ੍ਹਾ ਜਿਹਾ ਪੰਗਾ ਜਿਹਾ ਵੀ ਸੀਗਾ। ਆਪਣੇ ਜਿਮ ਦਾ ਨਾਂ ਹੈਗਾ ਪਤਾ ਨਹੀਂ ਕਿਹੜਾ ਜਿਮ, ਉਹਦਾ ਵੀ ਕਾਰਨ ਹੈ। ਪਹਿਲਾਂ ਮੈਂ ਜਿਮ ਦਾ ਦਿਖਾ ਦਿੰਦਾ ਹੁੰਦਾ ਸੀਗਾ, ਫਿਰ ਆਪਣਾ ਬੇਲੀ ਜਿਹੜੇ ਆ ਧੂਤੀ ਡਾਕੂ ਉਹਨਾਂ ਨੂੰ ਉਹਨਾਂ ਨੇ ਅੰਦਰ ਆਉਣ ਤੋਂ ਰੋਕਤਾ ਸੀ। ਤਾਂ ਮੈਂ ਦੱਸਿਆ ਸੀ ਨਾ, ਦੱਸਿਆ ਸੀ ਮੈਂ? ਮੈਨੂੰ ਨਹੀਂ। ਮੈਨੂੰ ਫਿਰ ਉਦੋਂ ਬੜਾ ਉਤਰਾਇਆ, ਮੈਂ ਉਹਨਾਂ ਨੂੰ ਬੜਾ ਕਿਹਾ, ਮੈਂ ਕਿਹਾ ਯਾਰ ਉਹ 1-2 ਦਿਨਾਂ ਲਈ ਕਿਤੇ ਆਉਂਦੇ ਆ ਮੇਰੇ ਨਾਲ, ਮਹੀਨੇ 'ਚ 1 ਵਾਰੀ ਆ ਗਏ 2 ਵਾਰੀ ਆ ਗਏ, ਇੱਦਾਂ ਨਹੀਂ ਅਲਾਊਡ ਨਹੀਂ ਹੈ, ਇਹ ਨਹੀਂ। ਉਹਨੂੰ ਬੜਾ ਹੋਇਆ, ਮੈਂ ਕਿਹਾ ਯਾਰ ਦੱਸ। ਫਿਰ ਮੈਂ ਵੀਡੀਓ 'ਚ ਉਹਨਾਂ ਦਾ ਦਿਖਾਉਣਾ ਛੱਡ ਦਿੱਤਾ ਸੀਗਾ ਵੀ ਕੀ ਆ ਇਹ ਜਿਮ ਦਾ ਨਾਂ ਨੂੰ ਜੋ ਵੀ ਆ, ਪਤਾ ਨਹੀਂ ਕਿਹੜਾ ਜਿਮ ਰੱਖਤਾ ਪਵਾਂ। ਜੇ ਕਿਤੇ ਉਹ ਉਦੋਂ ਨਾ ਹੁੰਦਾ ਨਾ, ਉਹ ਦਿੱਤੇ ਪੈਸੇ ਮੈਂ ਉਹਦੇ ਹਟ ਜਾਣਾ ਸੀਗਾ। ਉਹਨੂੰ ਕਿੰਨਾ ਚਿਰ ਮੈਂ ਉਹਨਾਂ ਲੱਗਾ ਰਿਹਾ ਵੀ ਚੱਲ ਯਾਰ ਕੋਈ ਨਹੀਂ, ਫੇਕ ਹੀ ਆ, ਮੈਂ ਮੁੰਡਿਆਂ ਨੂੰ ਨਾਲ ਰੱਖਦਾ ਹਾਂ, ਮੈਂ ਉਹਨਾਂ ਨੂੰ ਜਿੱਥੇ ਮੈਂ ਜਾਵਾਂ ਮੈਂ ਉਹਨਾਂ ਨੂੰ ਉਹ ਚੀਜ਼ ਦਿਖਾਉਂਦਾ ਹੁੰਦਾ, ਮੇਰਾ ਮੈਨੂੰ ਵਧੀਆ ਲੱਗਦਾ, ਵਧੀਆ ਵਧੀਆ। ਅਸੀਂ ਕਿੱਥੇ ਕਿੱਥੇ ਮੈਂ ਉਹਨਾਂ ਨੂੰ ਲੈ ਕੇ ਗਿਆ, ਜਿੱਥੇ ਆਪ ਜਾਣਾ ਉੱਥੇ ਉਹਨਾਂ ਨੂੰ ਲੈ ਕੇ ਜਾਣਾ ਹੀ ਜਾਣਾ, ਉਹਨਾਂ ਨੂੰ ਵੀ ਚੀਜ਼ ਦਿਖਾਉਣੀ ਦਿਖਾਉਣੀ ਉਹ। ਅਤੇ ਡਾਕੂ ਨੂੰ ਤਾਂ ਜਿੰਮ 'ਚ ਬੜੇ ਜਾਣੇ ਪਸੰਦ ਬਹੁਤ ਕਰਦੇ ਹੁੰਦੇ ਸੀ, ਡਾਕੂ ਮੇਰੇ ਨਾਲ ਜਾਂਦਾ ਰਹਿੰਦਾ ਹੁੰਦਾ ਸੀ ਨਾ।
ਅਤੇ ਉਸ ਤੋਂ ਬਾਅਦ ਫਿਰ ਨਹੀਂ ਮੈਨੂੰ ਬਸ ਨਾਂ ਦਾ ਜਿਮ ਹੀ ਆਉਂਦਾ ਰਿਹਾ ਫਿਰ ਮੈਂ। ਬਾਕੀ ਹਾਲਾਤ ਹੁਣ ਦੇਖਦੇ ਹਾਂ, ਅੱਜ 15 ਦਿਨ ਰਹਿ ਗਏ ਕਿ 20 ਦਿਨ ਰਹਿ ਗਏ ਆ। ਮੇਰੇ ਥਾਂ 'ਤੇ ਕਿਸੇ ਨੇ ਗੱਡੀ ਲਾਈ ਹੋਈ ਆ ਉੱਥੇ। ਥੱਲੇ ਤਾਂ ਬਰਫ਼ ਬਣਿਆ ਪਈ ਸੀ, ਏ ਸੀ ਇੰਨਾ ਤੇਜ਼, ਫਿਰ ਮੈਂ ਬੰਦ ਕਰਾਇਆ, ਬਾਹਰ ਆ ਗਿਆ ਮੀਂਹ। ਆਹ ਬੂਹਾ ਖੋਲ੍ਹ ਦਿੰਦੇ ਹਾਂ। ਉਹ ਆਪਣਾ ਜਹਾਜ਼ ਖੜ੍ਹਾ, ਚਲੋ ਹੋਇਆ ਬਹੁਤ ਸੀ, ਮੀਂਹ ਆਉਣਾ ਹੀ ਆਉਣਾ। ਉਹ ਜਦੋਂ ਮੈਂ ਡਾਕੂ ਨੂੰ ਲੈ ਕੇ, ਉਹਨਾਂ ਨੇ ਡਾਕੂ ਇਹਦੇ ਵਿੱਚ ਮੁੱਕੇ ਮਾਰਦਾ ਹੁੰਦਾ ਸੀ, ਉਹ ਗਲਵਜ਼ ਜਿਹੇ ਪਾ ਕੇ, ਇਹਦਾ ਆਹ ਪਏ ਗਲਵਜ਼। ਚੱਕ ਦਿਓ ਫਟੇ, ਮਾੜਾ ਜਿਹਾ ਗਾਂਹ ਨੂੰ ਹੋ, ਮਾੜਾ ਜਿਹਾ। ਹਾਂ ਇੱਕ ਮਿੰਟ ਲਗਾਤਾਰ ਖਿੱਚ ਕੇ ਕਰ ਲਈਏ ਨਾ, ਇਹ ਸਰੀਰ ਹਿੱਲ ਜਾਂਦਾ ਪੂਰਾ। ਰੱਸੇ ਘੁਮਾਉਣੇ ਸੌਖੇ ਕਿ ਵੱਡੀ ਵਾਲੇ ਪਲੇਅਰ ਰੱਸਾ ਤਾਂ ਹੀ ਗੁੱਟ ਮਜ਼ਬੂਤ, ਹੱਥ ਮਜ਼ਬੂਤ ਕਰਦੇ, ਰੈਂ ਫੜ ਕੇ ਚੜ੍ਹਦੇ ਆ, ਜਾਂ ਬੂਰੀਆਂ ਨੂੰ ਭੇਂ ਕੇ ਨਿਚੋੜਦੇ, ਜਾਨ ਬਹੁਤ ਆਉਂਦੀ। ਓਕੇ ਆ ਫਿਨਿਸ਼, ਬਸ ਚੱਲ ਫਿਰ ਚੱਲੀਏ। ਜਾਓ ਭਿੱਜੋ ਹੁਣ। ਜਨਾਬ ਜੀ ਨੇ ਗੱਡੀ ਦੂਰ ਖੜੀ ਕੀਤੀ ਤੇ ਮੀਂਹ ਆ ਗਿਆ, ਹੁਣ ਦੌੜੇ ਜਾਂਦੇ ਲੈਣ। ਨਾਲਾ ਨਾਲਾ ਮੀਂਹ ਚ, ਕਿਤੇ ਮੀਂਹ ਪੈ ਗਿਆ ਤੇ ਮੈਨੂੰ ਕਿਤੇ ਨੀ ਠੰਡ ਲੱਗ ਚੱਲੀ। ਦੇਖਿਆ ਮੀਂਹ ਪੈਣ ਦਿਆ, ਬਹੁਤ ਜ਼ਿਆਦਾ ਮੀਂਹ ਪੜ ਰਿਹਾ ਹੈ, ਬਹੁਤ ਜ਼ਿਆਦਾ। ਉਹ ਆ ਗਿਆ ਕਿਤਾਬਾਂ, ਇੱਥੋਂ ਮਿਲਦੀਆਂ ਹੁੰਦੀਆਂ ਆਪਣੇ ਵੇਖਣ ਵਾਲੇ, ਉੱਦਾਂ ਬਹੁਤ ਜਾਣੇ ਪੜ੍ਹੇ ਹੋਣੇ ਆ ਇੱਥੇ। ਇਹਨਾਂ ਨੇ ਰਾਹ ਜਿਹਾ ਬੰਦ ਕਰਕੇ ਹੋਰ ਤਰ੍ਹਾਂ ਦਾ ਸਿਸਟਮ ਜਿਹਾ ਹੋਇਆ, ਬੜਾ ਵਧੀਆ ਹੁੰਦਾ ਸੀ ਆ। ਖਾਣਾ ਤਾਂ ਨਹੀਂ, ਭਟੂਰੇ ਹੁੰਦੇ ਸੀ ਇੱਕ, ਇੱਥੇ ਬੜੇ ਵਧੀਆ ਬਣਾਉਂਦਾ। ਉਹ ਉੱਥੇ ਆ ਉਹ ਦੀਨਾਨਾਥ ਨਹੀਂ, ਉਹ ਕੀ ਕਹਾਂ ਮੈਂ ਹੁਣ, ਉਹ ਨਹੀਂ ਇੱਕ ਇੱਥੇ ਵੀ ਅੰਕਲ ਹੁੰਦਾ ਸੀ, ਦੁਕਾਨ ਸੀ ਉਹਦੀ, ਉਹ ਸਾਡੇ ਸਕੂਲੇ ਵੀ ਹੁੰਦਾ ਸੀ। ਫੀਲਿੰਗ ਲੈਣੀ ਕਾਲਜ ਵਾਲੀ ਉੱਤਰ ਕੇ, ਇੱਥੇ ਗੇਮਾਂ ਦੀ ਹੁੰਦੀ ਸੀ ਇੱਕ, ਪੀ ਕੇ ਪੀ ਕੇ ਹੁੰਦਾ ਸੀ। ਆਹ ਵੇਖ ਲਓ ਬਈ ਡੀ ਏ ਵੀ ਕਾਲਜ ਜਲੰਧਰ, ਆ ਜਿੰਨੇ ਸਫੈਦੇ ਆ ਨਾ, ਇੱਥੇ ਪਾਰਕਿੰਗ ਹੁੰਦੀ ਸੀ ਬਾਹਰ, ਸਾਫ਼ ਹੁੰਦਾ ਸੀ ਏਰੀਆ। ਹੁਣ ਤਾਂ ਸੁੰਨ ਸਾਂਦੀ ਪਈ ਰਹਿੰਦੀ ਇੱਥੇ, ਹੁਣ ਤਾਂ ਚੱਲ ਕਲਾਸਾਂ ਲਾਈਆਂ, ਪਹਿਲਾਂ ਕਲਾਸਾਂ ਲਾਉਂਦਾ ਕੌਣ ਹੁੰਦਾ ਸੀ, ਉਦੋਂ ਉੱਦਾਂ ਹੀ ਬਹੁਤ ਹੁੰਦੇ ਸੀਗੇ, ਲੰਬੇ ਲੰਬੇ ਉੱਚੇ ਉੱਚੇ ਕੁੜੀਆਂ ਮੁੰਡੇ ਪਹਿਲੇ ਟਾਈਮਾਂ 'ਚ, ਹੁਣ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੋਂ ਆਇਆ। ਚਲੋ ਵੀ ਅੱਜ ਡੀ ਏ ਵੀ ਕਾਲਜ ਗਰਾਊਂਡ ਦੇ ਅੰਦਰ ਚੱਲਦੇ ਹਾਂ ਆਪਾਂ, ਖੱਲਾ ਹੀ ਬੂਆ।
ਇੱਥੇ ਕ੍ਰਿਕਟ ਦੀ ਗਰਾਊਂਡ ਹੁੰਦੀ ਸੀ ਸਾਈਡ 'ਤੇ, ਡੀ ਏ ਵੀ ਗਰਾਊਂਡ ਦੇ ਅੰਦਰ ਖੜ੍ਹੇ ਹਾਂ ਇਸ ਟਾਈਮ ਅਸੀਂ, ਅਤੇ ਮੀਂਹ ਕਰਕੇ ਜ਼ਿਆਦਾ ਬੂਟੀਆਂ ਬੱਟੀਆਂ ਪਈਆਂ ਉੱਦਾਂ। ਆਹ ਦੇਖ ਕਿੱਦਾਂ ਦੀ ਕਿਹਾ ਮਿੱਟੀ ਲੱਗ ਗਈ।